ਸਾਰੇ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ। ਕੱਲ੍ਹ ਇਸ ਟੌਪਿਕ ਦੇ ਨੋਟਸ ਵੀ ਵਟਸਐਪ ਗਰੁੱਪ 'ਤੇ ਪਾਏ ਸਨ, ਪਰ ਮੈਨੂੰ ਲੱਗਿਆ ਕਿ ਇਹ ਸਮਝਾ ਕੇ ਜ਼ਿਆਦਾ ਸਮਝਾ ਪਾਊਂਗਾ, ਇਸ ਕਰਕੇ ਜਿਹੜਾ ਉਹ ਕੱਲ੍ਹ ਟੌਪਿਕ ਪਾਇਆ ਸੀਗਾ ਉਸ ਦਾ ਵੀਡੀਓ ਲੈਕਚਰ ਬਣਾ ਕੇ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਆਪਣਾ ਫਿਫਥ ਚੈਪਟਰ ਹੈਗਾ ਸੈਕਿੰਡ ਆਰਡਰ ਪਾਰਸ਼ਲ ਡਿਫਰੈਂਸ਼ੀਅਲ ਇਕੁਏਸ਼ਨ। ਇਸ ਤੋਂ ਪਹਿਲਾਂ ਫੋਰਥ ਚੈਪਟਰ ਦੇ ਵਿੱਚ ਆਪਾਂ ਨੇ ਡਿਫਰੈਂਸ਼ੀਅਲ ਇਕੁਏਸ਼ਨ ਕੀਤੀਆਂ ਸੋਲਵ ਬਾਈ ਯੂਜ਼ਿੰਗ ਲੈਪਲੇਸ। ਇਸ ਚੈਪਟਰ ਦੇ ਵਿੱਚ ਪਾਰਸ਼ਲ ਡਿਫਰੈਂਸ਼ੀਅਲ ਇਕੁਏਸ਼ਨਸ ਸੋਲਵ ਕਰਨੀਆਂ ਨੇ, ਅਤੇ ਇਹ ਟੌਪਿਕ ਕਰਨ ਵਾਸਤੇ ਪਹਿਲਾਂ ਕੁਛ ਟੌਪਿਕ ਬੀ ਐੱਸ ਸੀ ਫਸਟ ਈਅਰ ਦੇ ਵਿੱਚ ਯੂਜ਼ ਹੋਊਗਾ, ਉਹਦੀ ਥੋੜ੍ਹੀ ਇੰਟਰੋਡਕਸ਼ਨ ਦਿੱਤੀ ਹੋਈ ਹੈਗੀ ਆ। ਉਹਦੇ ਉੱਪਰ ਆਪਾਂ ਫਟਾਫਟ ਮੋਟਾ ਮੋਟਾ ਗੋ ਥਰੂ ਹੋ ਜਾਂਦੇ ਹੈਗੇ ਹਾਂ। ਜਿਵੇਂ ਆਪਣੇ ਕੋਈ ਡਿਫਰੈਂਸ਼ੀਅਲ ਇਕੁਏਸ਼ਨ ਹੈਗੀ ਆ, ਇਹ ਇਸ ਦੀ ਸਿੰਪੋਲਿਕ ਫੋਰਮ ਹੁੰਦਾ ਕਿ ਆਪਾਂ ਜਿਹੜਾ ਡੀ ਵਾਈ ਬਾਈ ਡੀ ਐਕਸ ਹੈਗਾ, ਡੀ ਬਾਏ ਡੀ ਐਕਸ, ਇਹਨੂੰ ਆਪਾਂ ਕੈਪੀਟਲ ਡੀ ਮੰਨਦੇ ਹੁੰਦੇ ਹਾਂ। ਇਹਨੂੰ ਕੈਪੀਟਲ ਡੀ ਸਪੋਜ਼ ਕਰ ਲਿਆ ਆਪਾਂ ਨੇ। ਇਸ ਤੋਂ ਬਾਅਦ ਜਿਹੜੀ ਆ ਇਕੁਏਸ਼ਨ ਹੈਗੀ ਆ ਡਿਫਰੈਂਸ਼ੀਅਲ ਇਕੁਏਸ਼ਨ, ਇਹਦੇ ਦੋ ਤਰ੍ਹਾਂ ਦੇ ਸਲਿਊਸ਼ਨ ਹੁੰਦੇ ਹੈਗੇ ਨੇ, ਇੱਕ ਤਾਂ ਹੁੰਦਾ ਕੰਪਲੀਮੈਂਟਰੀ ਸਲਿਊਸ਼ਨ, ਇੱਕ ਹੁੰਦਾ ਪਾਰਟੀਕੁਲਰ ਸਲਿਊਸ਼ਨ। ਅਤੇ ਥੋੜ੍ਹਾ ਪਹਿਲਾਂ ਦੇਖਦੇ ਹਾਂ ਇਹ ਕੰਪਲੀਮੈਂਟਰੀ ਸਲਿਊਸ਼ਨ ਆਪਾਂ ਕਿੱਦਾਂ ਫਾਇੰਡ ਕਰਨਾ ਹੁੰਦਾ ਹੈਗਾ। ਰੂਲ ਟੂ ਫਾਇੰਡ ਕੰਪਲੀਮੈਂਟਰੀ ਸਲਿਊਸ਼ਨ, ਇਹ ਫਾਇੰਡ ਕਰਦੇ ਹਾਂ ਪਹਿਲਾਂ। ਪਹਿਲਾਂ ਆਪਾਂ ਨੇ ਇਕੁਏਸ਼ਨ ਜਿਹੜੀ ਹੁੰਦੀ ਹੈਗੀ, ਜਿਹੜੀ ਆਪਾਂ ਸਿੰਬੋਲਿਕ ਫੋਰਮ, ਇਹਨੂੰ ਸਿੰਬੋਲਿਕ ਫੋਰਮ, ਇਹ ਸਿੰਬਲ ਹੋ ਗਿਆ, ਇਹਨੂੰ ਆਪਾਂ ਨੇ ਇਕੁਏਟ ਟੂ ਜ਼ੀਰੋ ਕਰਨਾ ਹੁੰਦਾ। ਜਿਹੜੀ ਇਕੁਏਟ ਟੂ ਜ਼ੀਰੋ ਕਰਾਂਗੇ ਉਹਦਾ ਨਾਮ ਹੁੰਦਾ ਅਗਜ਼ਰਰੀ ਇਕੁਏਸ਼ਨ, ਇਸ ਨੂੰ ਆਪਾਂ ਅਗਜ਼ਰਰੀ ਇਕੁਏਸ਼ਨ ਕਹਾਂਗੇ। ਇਹਦੇ ਰੂਟਸ ਫਾਇੰਡ ਕਰਨੇ ਹੁੰਦੇ ਨੇ, ਇਹ ਰੂਟਸ ਉੱਪਰ ਡਿਪੈਂਡ ਕਰਦਾ ਹੁੰਦਾ ਕਿ ਆਂਸਰ ਕਿੱਦਾਂ ਦਾ ਹੋਊਗਾ। ਪਹਿਲਾ ਕੇਸ ਆ ਜੇ ਰੂਟਸ ਰੀਅਲ ਹੋਣ ਅਤੇ ਅਨਇਕੁਅਲ, ਰੀਅਲ ਮਤਲਬ ਵਿਦਆਊਟ ਆਇਓਟਾ, ਜਿਵੇਂ ਡੀ ਦੇ ਆਂਸਰ ਹੈਗੇ ਨੇ ਅਲਫਾ ਵਨ, ਅਲਫਾ ਟੂ, ਅਲਫਾ ਥ੍ਰੀ, ਇੱਦਾਂ ਆਂਸਰ ਦਿੱਤੇ ਹੋਏ ਨੇ ਆਪਣੇ ਕੋਲ, ਤਾਂ ਇਹਦੇ ਜਿਹੜਾ ਕੰਪਲੀਮੈਂਟਰੀ ਸਲਿਊਸ਼ਨ ਹੋਊਗਾ, ਅਲਫਾ ਵਨ ਵਾਸਤੇ ਈ ਦੀ ਪਰ ਅਲਫਾ ਵਨ ਐਕਸ ਆ ਜਾਊਗਾ, ਅਲਫਾ ਟੂ ਵਾਸਤੇ ਈ ਦੀ ਪਰ ਅਲਫਾ ਟੂ ਐਕਸ ਆ ਜਾਏਗਾ, ਅਲਫਾ ਥ੍ਰੀ ਨਾਲ ਈ ਦੀ ਪਰ ਅਲਫਾ ਥ੍ਰੀ ਐਕਸ ਆ ਜਾਏਗਾ। ਅਤੇ ਜਿੰਨੇ ਆਪਾਂ ਅਲਫਾ ਵਨ, ਅਲਫਾ ਟੂ, ਅਲਫਾ ਥ੍ਰੀ ਹੋਣਗੇ, ਉਨੇ ਹਰੇਕ ਦੇ ਨਾਲ ਆਪਾਂ ਆਰਬਿਟਰੀ ਕੋਂਸਟੈਂਟ ਪਾਉਣੇ ਆ, ਸੀ ਵਨ ਪਾਉਣਾ, ਸੀ ਟੂ ਪਾਉਣਾ, ਸੀ ਥ੍ਰੀ ਪਾਉਣੇ। ਇੱਥੇ ਗੱਲ ਧਿਆਨ ਰੱਖਣੀ ਹੈਗੀ ਆ, ਜਿਹੜਾ ਡੀ ਹੈਗਾ ਉਹ ਡੈਰੀਵੇਟਿਵ ਵਿਦ ਰਿਸਪੈਕਟ ਟੂ ਐਕਸ ਆ, ਜੇ ਵਿਦ ਰਿਸਪੈਕਟ ਟੂ ਐਕਸ ਆ ਤਾਂ ਉਰੇ ਆਪਾਂ ਨੇ ਐਕਸ ਲੈਣਾ ਹੈਗਾ ਈ ਦੀ ਪਾਵਰ, ਜੇ ਉਰੇ ਵਿਦ ਰਿਸਪੈਕਟ ਟੂ ਡੈਰੀਵੇਟਿਵ ਐਕਸ ਦੀ ਥਾਂ 'ਤੇ ਡੀ ਟੀ ਹੁੰਦਾ ਡੈਰੀਵੇਟਿਵ, ਤਾਂ ਉਰੇ ਆਪਾਂ ਨੇ ਐਕਸ ਦੀ ਥਾਂ 'ਤੇ ਅਲਫਾ ਟੂ ਟੀ ਲੈਣਾ ਸੀ, ਇਹ ਗੱਲ ਧਿਆਨ ਰੱਖਣੀ ਹੈ। ਦੂਜਾ ਕੇਸ ਆ ਜੇ ਰੂਟਸ ਰੀਅਲ ਅਤੇ ਇਕੁਅਲ ਹੋਣ, ਜਿਵੇਂ ਅਲਫਾ ਅਲਫਾ ਟੂ, ਅਲਫਾ ਵਨ ਅਤੇ ਅਲਫਾ ਵਨ ਦੋ ਵਾਰੀ ਆ ਗਿਆ, ਇੱਥੇ ਕੰਪਲੀਮੈਂਟਰੀ ਸਲਿਊਸ਼ਨ ਜਿਹੜਾ ਹੋਊਗਾ ਉਹ ਇੱਦਾਂ ਪਾਉਣਾ ਹੈਗਾ ਸੀ ਵਨ ਪਲੱਸ ਸੀ ਟੂ ਐਕਸ ਕਰਕੇ। ਜੇ ਰੂਟਸ ਇਮੈਜਨਰੀ ਹੋਣ, ਜਿਵੇਂ ਅਲਫਾ ਵਨ ਪਲੱਸ ਮਾਈਨਸ ਆਇਓਟਾ ਬੀਟਾ ਵਨ, ਉਹਦੇ ਵਿੱਚ ਜਿਹੜਾ ਸਲਿਊਸ਼ਨ ਹੋਊਗਾ ਆਪਣੇ ਕੋਲ ਉਹ ਈ ਦੀ ਪਾਵਰ ਅਲਫਾ ਵਨ ਐਕਸ ਆਊਗਾ, ਫਿਰ ਸੀ ਵਨ ਕੋਸ ਬੀਟਾ ਵਨ ਐਕਸ, ਸੀ ਟੂ ਸਾਈਨ ਬੀਟਾ ਵਨ ਐਕਸ, ਐਂਡ ਸੋ ਔਨ ਚਲੀ ਜਾਊਗਾ। ਤੋ ਜਿੰਨਾ ਕੁ ਆਪਾਂ ਨੂੰ ਲੋੜ ਹੈਗੀ ਬਸ ਉਨਾ ਕੁ ਕੰਮ ਕਰਵਾਇਆ ਗਿਆ ਇਹਦੇ ਵਿੱਚ। ਜੇ ਆਪਾਂ ਨੇ ਪਾਰਟੀਕੁਲਰ ਸਲਿਊਸ਼ਨ ਕੱਢਣਾ ਹੈਗਾ, ਉਹਦੇ ਟਾਈਪ ਸੀਗੀਆਂ, ਜਿਵੇਂ ਇਹ ਕੋਈ ਇਕੁਏਸ਼ਨ ਆਪਾਂ ਇਸ ਚੀਜ਼ ਨੂੰ, ਜਿਹੜੀ ਆਹ ਚੀਜ਼ ਹੈਗੀ ਆ, ਇਹ ਫੰਕਸ਼ਨ ਆਫ ਡੀ ਲਿਖ ਸਕਦੇ ਹਾਂ ਆਪਾਂ, ਇਹ ਫੰਕਸ਼ਨ ਆਫ ਡੀ, ਅਤੇ ਉਰੇ ਕੁਛ ਵੀ ਆ, ਮੰਨ ਲਓ ਇਹਨੂੰ ਕਿਊ ਸਪੋਜ਼ ਕਰ ਲਿਆ ਆਪਾਂ ਨੇ, ਤਾਂ ਵਾਈ ਪੀ ਕਿਵੇਂ ਕੱਢਣਾ ਹੁੰਦਾ ਹੈਗਾ, ਵਾਈ ਪੀ ਜਿਹੜਾ ਹੋਊਗਾ ਵਨ ਅਪੋਨ ਐੱਫ ਡੀ ਇੰਟੂ ਕਿਊ ਹੋਊਗਾ। ਹੁਣ ਇਹ 'ਚ ਕੇਸ ਬਣਨਗੇ, ਕੇਸ ਪਹਿਲਾਂ ਜਿਹੜਾ ਈ ਦੀ ਪਰ ਅਲਫਾ ਐਕਸ ਦੀ ਫੋਰਮ ਦੇ ਵਿੱਚ ਹੋਵੇ, ਜੇ ਈ ਦੀ ਪਰ ਅਲਫਾ ਐਕਸ ਦੀ ਫੋਰਮ ਵਿੱਚ ਹੋਊਗਾ ਤਾਂ ਆਪਾਂ ਡਾਇਰੈਕਟ ਡੀ ਨੂੰ ਅਲਫਾ ਪੁੱਟ ਕਰ ਦੇਣਾ ਹੈਗਾ, ਉਹ ਆਪਣੇ ਕੋਲ ਵਾਈ ਪੀ ਆ ਜਾਊਗਾ। ਸੈਕਿੰਡ ਪਾਰਟ ਜਿਹੜਾ ਹੈਗਾ ਆਪਣੇ ਕੋਲ ਉਹ ਕਿਊ, ਜੇ ਸਾਈਨ ਅਲਫਾ ਐਕਸ ਜਾਂ ਕੋਸ ਅਲਫਾ ਐਕਸ ਦੀ ਫੋਰਮ ਦੇ ਵਿੱਚ ਆ, ਤਾਂ ਵਾਈ ਪੀ ਜਿਹੜਾ ਹੋਊਗਾ ਉਰੇ ਧਿਆਨ ਰੱਖਣਾ, ਉਰੇ ਆਪਾਂ ਨੇ ਡੀ ਸਕੇਅਰ ਨੂੰ ਮਾਈਨਸ ਏ ਸਕੇਅਰ ਭਰਨਾ ਹੈਗਾ, ਡੀ ਸਕੇਅਰ ਦੀ ਥਾਂ 'ਤੇ ਆਪਾਂ ਨੇ ਮਾਈਨਸ ਏ ਸਕੇਅਰ ਪੁੱਟ ਕਰਨਾ, ਇਹ ਗੱਲ ਧਿਆਨ ਰੱਖਣੀ ਹੈ। ਤੀਜਾ ਪਾਰਟ ਹੈਗਾ ਆਪਣੇ ਕੋਲ, ਜੇ ਕਿਊ ਆਪਣੇ ਕੋਲ ਐਕਸ ਐਮ ਦੀ ਫੋਰਮ ਦਾ ਹੋਵੇ ਤਾਂ ਇਸ ਕੇਸ 'ਚ ਆਪਾਂ ਬਾਇਨੋਮੀਅਲ ਯੂਜ਼ ਕਰਾਂਗੇ। ਉਹ ਯੂਜ਼ ਕਿਵੇਂ ਕਰਨੀ ਆ, ਅੱਗੇ ਐਗਜ਼ਾਮਪਲ ਆਊਗੀ, ਅਤੇ ਇਹ ਦੋ ਫਾਰਮ ਲੈਣੇ ਬਾਇਨੋਮੀਅਲ ਥਿਊਰਮ ਦੇ, ਇਹ ਵੀ ਆਪਾਂ ਨੇ ਯਾਦ ਰੱਖਣੇ ਹੈਗੇ ਨੇ। ਅਤੇ ਜਿਹੜਾ ਜਨਰਲ ਸਲਿਊਸ਼ਨ ਹੋਊਗਾ ਉਹ ਦੋਨੇ ਵਾਈ ਸੀ ਅਤੇ ਵਾਈ ਪੀ ਆਪਾਂ ਐਡ ਕਰ ਦੇਵਾਂਗੇ, ਇਹ ਆਪਣੇ ਕੋਲ ਜਨਰਲ ਸਲਿਊਸ਼ਨ ਆ ਜਾਏਗਾ।
ਅੱਗੇ ਇਹ ਸਾਰਾ ਕੁਝ ਲਿਖਿਆ ਹੋਇਆ ਹੈਗਾ ਇਹਦੇ ਵਿੱਚ ਕਿ ਆਪਾਂ ਨੇ ਇਹ 'ਚ ਕਰਨਾ ਕੀ ਹੈ, ਜਿਵੇਂ ਚੈਪਟਰ 4 ਦੇ ਵਿੱਚ ਆਪਾਂ ਨੇ ਜੇ ਕੋਈ ਡਿਫਰੈਂਸ਼ਲ ਇਕੁਏਸ਼ਨ ਸੋਲਵ ਕਰਨੀ ਹੁੰਦੀ ਸੀਗੀ ਤਾਂ ਪਹਿਲਾਂ ਲੈਪਲੇਸ ਲੈਂਦੇ ਸੀਗੇ, ਅਤੇ ਲੈਪਲੇਸ ਲੈਣ ਤੋਂ ਬਾਅਦ ਐਕਸ ਵਾਰ ਅਤੇ ਵਾਈ ਵਾਰ ਫਾਇੰਡ ਕਰ ਲਿਆ, ਉਸ ਤੋਂ ਇਨਵਰਸ ਲੈਪਲੇਸ ਲੈ ਕੇ ਆਪਾਂ ਐਕਸ ਅਤੇ ਵਾਈ ਕੱਢਦੇ ਸੀਗੇ। ਇਹਦੇ ਵਿੱਚ ਵੀ ਆਹੀ ਕੁਛ ਕਰਾਂਗੇ ਆਪਾਂ, ਪਹਿਲਾਂ ਪਾਰਸ਼ਲ ਡਿਫਰੈਂਸ਼ਲ ਇਕੁਏਸ਼ਨ ਦੀਆਂ ਇੱਕ ਵਾਰੀ ਲੈਪਲੇਸ ਕਰਾਂਗੇ, ਫਿਰ ਦੁਬਾਰਾ ਇਨਵਰਸ ਲੈਪਲੇਸ ਕਰਾਂਗੇ, ਇੱਦਾਂ ਹੀ ਸੋਲਵ ਕਰਾਂਗੇ। ਇਹਦੇ ਵਾਸਤੇ ਇੱਕ ਐਗਜ਼ਾਮਪਲ ਦੇਖਦੇ ਹਾਂ ਆਪਾਂ, ਕੁਝ ਫਾਰਮੂਲੇ ਨੇ ਇਹ ਲਿਖੇ ਹੋਏ ਹੈਗੇ ਨੇ, ਤਾਂ ਤੁਸੀਂ ਐਜ਼ ਇਟ ਇਜ਼ ਹੀ ਯਾਦ ਕਰਨੇ ਨੇ ਫਾਰਮੂਲੇ। ਇਹ ਫਾਰਮੂਲੇ ਇਸ ਤੋਂ ਬਾਅਦ ਮੈਂ ਸਿੱਧਾ ਹੀ 5.1 ਐਕਸਰਸਾਈਜ਼ 'ਤੇ ਆ ਰਿਹਾ ਹੈਗਾ। ਅਤੇ ਇੱਕ ਕੁਐਸਚਨ ਜੇ ਸਮਝ ਆ ਗਿਆ, ਲਗਭਗ ਸਾਰੇ ਕੁਐਸਚਨਾਂ ਵਿੱਚ ਕਨਸੈਪਟ ਸੇਮ ਹੀ ਆ, ਤਾਂ ਇੱਕ ਕੁਐਸਚਨ ਜਿਹੜਾ ਹੈਗਾ ਉਹ ਧਿਆਨ ਨਾਲ ਸਮਝ ਲਿਓ, ਜੇ ਕੋਈ ਪ੍ਰੋਬਲਮ ਹੋਈ ਤਾਂ ਪੁੱਛ ਲਿਓ ਵਟਸਐਪ 'ਤੇ। ਪਹਿਲਾ ਹੈਗਾ ਆਪਣੇ ਕੋਲ ਕੋਈ ਪਾਰਸ਼ਲ ਡਿਫਰੈਂਸ਼ੀਅਲ ਇਕੁਏਸ਼ਨ ਹੈਗੀ ਆ, ਨਾਲ ਇਹ ਕੁਝ ਕੰਡੀਸ਼ਨਸ ਗਿਵਨ ਹੋਣਗੀਆਂ, ਚਲੋ ਕੰਡੀਸ਼ਨ ਯੂਜ਼ ਕਿਵੇਂ ਕਰਨੀ ਉਹ ਦੇਖਣਾ ਆਪਾਂ ਨੇ। ਸਭ ਤੋਂ ਪਹਿਲਾਂ ਆਪਾਂ ਨੇ ਇਹਨੇ ਦੋਨੇ ਪਾਸੇ, ਜਿਵੇਂ ਪਹਿਲਾਂ ਕਰਦੇ ਸੀ ਆਪਾਂ ਦੋਨੇ ਪਾਸੇ ਲੈਪਲੇਸ ਟ੍ਰਾਂਸਫੋਰਮ ਲੈ ਲਿਆ, ਇਹ ਦੋਨਾਂ ਦੇ ਇਹਦਾ ਫਾਰਮੂਲਾ ਇਹ ਹੁੰਦਾ, ਇਹਦਾ ਫਾਰਮੂਲਾ ਇਹ ਹੁੰਦਾ, ਇਹ ਉੱਪਰ ਇੱਥੇ ਗਿਵਨ ਨੇ ਫਾਰਮੂਲੇ, ਇੱਥੋਂ ਇਹ ਦੇਖ ਸਕਦੇ ਹੈਗੇ ਹੋ। ਅਤੇ ਲੈਪਲੇਸ ਲੈਣ ਤੋਂ ਬਾਅਦ ਫਾਰਮੂਲੇ ਭਰਤੇ, ਫਾਰਮੂਲੇ ਭਰਨ ਤੋਂ ਬਾਅਦ ਫਿਰ ਆਪਾਂ ਨੇ ਕੰਡੀਸ਼ਨ ਲਾਤੀਆਂ ਕਿ ਜਿਹੜਾ UX0 ਹੈਗਾ ਇਹਦੀ ਵੈਲਿਊ ਆਪਾਂ ਨੂੰ ਗਿਵਨ ਆ 10 sin 4 pi, ਅਤੇ ਇਹ ਵੈਲਿਊ ਭਰਤੀ ਆਪਾਂ ਨੇ। ਅਤੇ 2 ਆਪਾਂ ਦੂਜੇ ਪਾਸੇ ਲੈ ਗਏ ਸੀਗੇ, ਫਿਰ ਟਰਮ ਇੱਕ ਪਾਸੇ ਇਕੱਠੀਆਂ ਕਰ ਲਈਆਂ, ਇਹ ਸਿੰਬੋਲਿਕ ਫਾਰਮ ਬਣਾ ਲਈ ਆਪਾਂ, ਉਵੇਂ DxDx ਨੂੰ ਆਪਾਂ ਕੈਪੀਟਲ D ਪੁੱਟ ਕਰ ਲਿਆ। ਇਹਦੀ ਜਿਵੇਂ ਪਹਿਲਾਂ ਪਿਛਲੇ ਕੰਸੈਪਟ ਸਮਝਾਇਆ ਹੈਗਾ, ਜਿਵੇਂ ਲਾਸਟ ਏ ਫਸਟ ਏ ਯੂਜ਼ ਕਰਦੇ ਸੀ, ਰਿਜ਼ਰਵ ਇਕੁਏਸ਼ਨ ਬਣਾਵਾਂਗੇ ਪਹਿਲਾਂ, ਇੱਥੋਂ D ਦੇ ਦੋ ਆਂਸਰ ਆ ਗਏ, ਇਹ ਦੋਨੇ ਰੀਅਲ ਨੇ, ਐਸ ਪੋਜ਼ਿਟਿਵ ਹੁੰਦਾ ਅਤੇ ਇਹਦੇ ਦੋ ਆਂਸਰ ਬਣ ਗਏ UC¯ ਦੇ, ਕੰਪਲੀਮੈਂਟਰੀ ਸੋਲੂਸ਼ਨ ਆ ਗਿਆ ਤਾਂ C1e² ਲੈ ਕੇ, C2e² ਲੈ ਕੇ, ਜਿਵੇਂ ਪਹਿਲਾਂ ਕਰਦੇ ਆ ਰਹੇ ਹਾਂ। ਉਸ ਤੋਂ ਬਾਅਦ ਪਾਰਟੀਕਲ ਕੱਢਣਾ ਹੁੰਦਾ, ਇਹ ਟਰਮ ਚੱਕ ਕੇ ਆਪਾਂ ਨੀਚੇ ਲੈ ਕੇ ਜਾਣੀ ਹੁੰਦੀ ਆ, ਨੀਚੇ ਲੈ ਗਏ, ਹੁਣ ਇਹ ਟਾਈਪ ਸਾਈਨ ਵਾਲੀ ਆ, ਸਾਈਨ ਦੇ ਵਿੱਚ ਇਹ ਚੀਜ਼ ਆਪਣੇ ਕੋਲ ਏ ਆ ਗਈ, ਤਾਂ D² ਨੂੰ ਭਰਨਾ ਹੁੰਦਾ ਆਪਾਂ, -a² -16π² ਆ ਗਿਆ, ਇਹ 'ਚ ਵੈਲਿਊ ਪੁੱਟ ਕਰਤੀ, ਆਪਣਾ ਇਹ ਆਂਸਰ ਬਣ ਗਿਆ। ਅਤੇ ਜਨਰਲ ਸੋਲੂਸ਼ਨ ਜਿਹੜਾ ਹੈਗਾ ਆਪਣੇ ਕੋਲ, ਕੰਪਲੀਮੈਂਟਰੀ ਅਤੇ ਪਾਰਟੀਕਲ ਐਡ ਕਰਤੇ, ਦੋਨੇ ਐਡ ਕਰਕੇ ਜਨਰਲ ਸੋਲੂਸ਼ਨ ਆ ਗਿਆ ਆਪਣੇ ਕੋਲ। ਹੁਣ ਥੋੜ੍ਹਾ ਜਿਹਾ ਉਰੇ ਧਿਆਨ ਰੱਖਣਾ ਆਪਾਂ ਨੇ ਕਿ C1 C2 ਕਿਵੇਂ ਕੱਢਣੇ ਆ, ਇਹ ਥੋੜ੍ਹਾ ਜਿਹਾ ਦੇਖਣਾ ਆਪਾਂ ਨੇ। ਜਿਹੜੀਆਂ ਬਾਕੀ ਦੋ ਕੰਡੀਸ਼ਨ ਹੋਰ ਗਿਵਨ ਨੇ ਆਪਾਂ ਨੂੰ ਸਟੇਟਮੈਂਟ ਦੇ ਵਿੱਚ, ਥੋੜ੍ਹਾ ਦੇਖੋ ਧਿਆਨ ਨਾਲ ਕਿ ਇਹ ਕੰਡੀਸ਼ਨਾਂ U 'ਚ ਨੇ ਸਿੰਪਲ, ਅਤੇ ਇਹ ਇਕੁਏਸ਼ਨ UV 'ਚ, ਤਾਂ ਇਹ ਵਾਲੀ ਕੰਡੀਸ਼ਨਾਂ ਵੀ ਜਿਹੜੀਆਂ ਹੈਗੀਆਂ ਆਪਾਂ ਨੇ ਇਹ UV 'ਚ ਲੈ ਕੇ ਆਉਣੀਆਂ ਨੇ। UV 'ਚ ਮਤਲਬ ਕਿ ਪਹਿਲਾਂ ਇਹਨਾਂ ਕੰਡੀਸ਼ਨ ਦਾ ਆਪਾਂ ਲੈਪਲੇਸ ਲੈਣਾ ਹੈਗਾ ਟ੍ਰਾਂਸਫੋਰਮ, ਜੋ ਲੈਪਲੇਸ ਟ੍ਰਾਂਸਫੋਰਮ ਲਿਆ U ਦਾ, ਇਹ L ਲੈਪਲੇਸ ਟ੍ਰਾਂਸਫੋਰਮ 0 ਆ ਗਿਆ, U ਦਾ UV ਬਣ ਗਿਆ, 0 0 ਆ ਗਿਆ, ਇਹ ਵੀ UV ਬਣ ਗਿਆ। ਆਹ ਦੋ ਕੰਡੀਸ਼ਨਾਂ ਪਹਿਲਾਂ ਲੈਪਲੇਸ ਟ੍ਰਾਂਸਫੋਰਮ 'ਚ ਬਣਾਉਣੀਆਂ ਨੇ, ਉਸ ਤੋਂ ਬਾਅਦ ਆਪਾਂ ਕੋਂਸਟੈਂਟ ਫਾਇੰਡ ਕਰਨੇ ਨੇ। ਤਾਂ ਤੁਸੀਂ ਉਵੇਂ ਪਹਿਲਾਂ X=0 ਪੁੱਟ ਕਰ ਲਿਆ 1 ਦੇ ਵਿੱਚ, ਜੇ 0 ਪੁੱਟ ਕੀਤਾ 1 ਦੇ ਵਿੱਚ, ਇਹ ਤੁਹਾਡੀ ਆਹ ਟਰਮ ਬਣ ਜਾਏਗੀ, ਫਿਰ ਆਹ ਤੁਹਾਡੀਆਂ ਉਵੇਂ ਇੱਕ ਕੰਡੀਸ਼ਨ ਆ ਗਈ, ਫਿਰ X=5 ਭਰਤਾ ਆਪਾਂ ਨੇ, ਫਿਰ ਦੂਜੀ ਕੰਡੀਸ਼ਨ ਆ ਗਈ, ਇਹ sin 20π ਜਿਹੜਾ ਹੁੰਦਾ 0 ਹੁੰਦਾ, ਬਿਕੋਜ਼ sin nπ 0 ਹੁੰਦਾ, ਐਨ ਬਿਲੋਂਗਸ ਟੂ ਇੰਟੀਜਰ ਵਾਸਤੇ। ਇਹ ਦੋ ਇਕੁਏਸ਼ਨ ਬਣ ਜਾਣਗੀਆਂ, ਇਹਨਾਂ ਦੋਨਾਂ ਨੂੰ ਸੋਲਵ ਕਰ ਲਵਾਂਗੇ ਆਪਾਂ, ਸੋਲਵ ਕੀਤਾ ਹੋਇਆ ਹੈਗਾ, ਸੋਲਵ ਕਰਕੇ ਆਪਣੇ C1 C2 ਦੋਨੇ 0 ਆ ਜਾਣਗੇ, ਤਾਂ UX¯ ਆਪਣੇ ਕੋਲ ਇਹ ਆ ਗਿਆ। ਕੋਂਸਟੈਂਟ ਕੱਢਣ ਤੋਂ ਬਾਅਦ ਫਿਰ ਇਨਵਰਸ ਲੈਪਲੇਸ ਕਰਨਾ, ਇਹ ਗੱਲ ਧਿਆਨ ਰੱਖਣੀ ਹੈ, ਪਹਿਲਾਂ ਇਨਵਰਸ ਲੈਪਲੇਸ ਨਹੀਂ ਕਰਨਾ ਇਹਦੇ ਵਿੱਚ। ਉਸ ਤੋਂ ਬਾਅਦ ਫਿਰ ਇਨਵਰਸ ਲੈਪਲੇਸ ਕੀਤਾ ਆਪਾਂ, ਇਨਵਰਸ ਲੈਪਲੇਸ ਕਰਕੇ ਹੁਣ ਇਨਵਰਸ ਲੈਪਲੇਸ ਧਿਆਨ ਰੱਖਣਾ ਹੁੰਦਾ ਆਪਾਂ ਨੇ ਕਿ S ਵਾਸਤੇ ਹੁੰਦਾ ਹੈਗਾ, ਇਹ S ਵਾਸਤੇ ਹੋਊਗਾ, ਤਾਂ ਜਿਹੜਾ sin 4π x ਆ ਇਹ ਕੋਂਸਟੈਂਟ ਬਾਹਰ ਆ ਜਾਏਗਾ, ਤਾਂ ਬਾਹਰ ਆ ਗਿਆ ਇਹ, ਇਹਦਾ ਇਨਵਰਸ ਲੈਪਲੇਸ S-a e² ਹੋ ਗਿਆ। ਇਹ ਪਹਿਲਾ ਕੁਸ਼ਚਨ, ਦੂਜਾ ਕੁਸ਼ਚਨ ਦੇਖਿਓ ਧਿਆਨ ਨਾਲ, ਦੂਜੇ ਕੁਸ਼ਚਨ ਬਸ ਫਰਕ ਇਹ ਹੈ ਇਹਦੇ ਵਿੱਚ ਕਿ ਆਪਣੇ ਕੋਲ ਇੱਕ ਅਲੈਦਾ ਕੰਡੀਸ਼ਨ ਗਿਵਨ ਆਪਾਂ ਨੂੰ ਕਿ UXT ਜਿਹੜਾ ਹੈਗਾ ਆਪਣੇ ਕੋਲ ਬਾਉਂਡਡ ਆ, ਇਹ ਕਿਵੇਂ ਆਪਾਂ ਯੂਜ਼ ਕਰਨੀ ਆ, ਉਹ ਗੱਲ ਧਿਆਨ ਰੱਖਣੀ ਆ। ਚਲੋ ਦੇਖਦੇ ਹਾਂ, ਪਹਿਲਾਂ ਇਹ ਇਕੁਏਸ਼ਨ ਗਿਵਨ ਆ, ਡਿਫਰੈਂਸ਼ੀਅਲ ਇਕੁਏਸ਼ਨ, ਇਹਦਾ ਆਪਾਂ ਲੈਪਲੇਸ ਕਰ ਲਿਆ, ਲੈਪਲੇਸ ਕਰਕੇ ਫਾਰਮੂਲੇ ਅਪਲਾਈ ਕਰ ਲਏ, ਫਾਰਮੂਲੇ ਪਿੱਛੋਂ ਦੇਖ ਕੇ ਅਪਲਾਈ ਕੀਤੇ ਨੇ, ਅਤੇ ਇਹ ਤਾਂ ਉਵੇਂ ਆ, ਇਹਦੇ ਵਿੱਚੋਂ X ਬਾਹਰ ਨਿਕਲ ਗਿਆ,
ਅਤੇ ਇਸ ਤੋਂ ਬਾਅਦ ਫਿਰ ਲੈਪਲੇਸ ਆਫ ਟੀ ਭਰਤਾ ਆਪਾਂ 1/s² ਹੁੰਦਾ ਹੈਗਾ, ਇੱਕ ਪਾਸੇ ਇਕੱਠਾ ਕਰ ਲਿਆ ਪਹਿਲਾਂ ਵਾਂਗੂ, ਇਹਦੀ ਐਕਸਰ ਇਕੁਏਸ਼ਨ ਬਣਾ ਲਈ, ਦੋ ਆਂਸਰ ਆ ਕੇ ਇਹ C1e² ਦੇ ਵਿੱਚ ਆ ਗਿਆ, C2e² ਵਿੱਚ ਆ ਗਿਆ। ਇਸ ਤੋਂ ਬਾਅਦ ਇਹਨੂੰ ਚੱਕ ਕੇ ਨੀਚੇ ਲੈ ਗਏ ਆਪਾਂ, ਨੀਚੇ ਲਿਆਉਣ ਤੋਂ ਬਾਅਦ ਇਹ ਪਾਰਟੀਕਲ ਸੋਲੂਸ਼ਨ ਕੱਢਾਂਗੇ ਆਪਾਂ, ਪਾਰਟੀਕਲ ਸੋਲੂਸ਼ਨ ਜਿਹੜਾ ਹੈਗਾ S² ਬਾਹਰ ਆ ਗਿਆ। ਹੁਣ ਐਕਸ ਵਾਲੀ ਫੋਰਮ ਆ ਗਈ, ਚਲਾਉਣੀ ਹੈ ਆਪਾਂ ਨੇ ਬਾਇਨੋਮਿਅਲ ਥਿਊਰਮ। ਇਹ ਲਗਾਉਣੀ ਕਿਵੇਂ ਹੁੰਦੀ ਹੈਗੀ ਆ, ਪਹਿਲਾਂ ਇਹ ਨੀਚੋਂ ਆਪਾਂ ਨੇ ਮਾਈਨਸ ਆਫ S² ਬਾਹਰ ਕੱਢਾਂਗੇ ਤਾਂ S² ਉਰੇ S4 ਬਣ ਜਾਏਗਾ। ਜੇ S4 ਬਣ ਗਿਆ ਉਰੇ ਆਪਣੇ ਕੋਲ S4 ਤੋਂ ਬਾਅਦ ਇਹ ਵੈਲਿਊ ਆ ਗਈਆਂ, ਅਤੇ ਵੈਲਿਊ ਤੋਂ ਬਾਅਦ ਆਪਾਂ ਨੇ ਇੱਥੇ S4 ਆ ਗਿਆ, ਇਹ ਟਰਮ ਚੱਕ ਕੇ ਆਪਾਂ ਉੱਪਰ ਲੈ ਕੇ ਜਾਣੀ ਹੁੰਦੀ ਆ, ਪਾਵਰ ਨੈਗੇਟਿਵ ਹੋ ਗਈ ਅਤੇ ਬਾਇਨੋਮਿਅਲ ਥਿਊਰਮ ਹੁੰਦੀ ਹੈ ਪਤਾ ਆਪਾਂ ਨੂੰ, ਇਹ ਲਾ ਕੇ ਇਹ ਚੀਜ਼ ਬਣ ਗਈ। ਧਿਆਨ ਰੱਖਣਾ D² ਦਾ ਮਤਲਬ ਹੁੰਦਾ ਡਬਲ ਡੈਰੀਵੇਟਿਵ, D4 ਹੋ ਗਿਆ ਫੋਰਥ ਡੈਰੀਵੇਟਿਵ, ਇਹ X ਦੇ ਕਰਨੇ ਆ, ਪਹਿਲਾਂ X ਮਲਟੀਪਲਾਈ ਹੋ ਜਾਏਗਾ, X ਦਾ ਡਬਲ ਡੈਰੀਵੇਟਿਵ, ਜੇ ਆਪਾਂ X ਦਾ ਡਬਲ ਡੈਰੀਵੇਟਿਵ ਕਰਾਂਗੇ ਉਹ 0 ਹੋ ਜਾਏਗਾ, ਬਾਕੀ ਸਾਰੇ 0 ਹੋ ਜਾਣਗੇ। ਇਹ ਆਪਣੇ ਕੋਲ Y ਪਾਰਟੀਕਲ ਸੋਲੂਸ਼ਨ ਦੀ ਵੈਲਿਊ ਆ ਜਾਏਗੀ, ਇਹ ਦੋਨੇ ਆਪਾਂ ਐਡ ਕਰ ਲਏ। ਇਸ ਤੋਂ ਬਾਅਦ ਹੁਣ C1 C2 ਕੱਢਣੇ ਆ, ਚਲੋ ਇੱਕ ਕੰਡੀਸ਼ਨ ਦਿੱਤੀ ਹੋਈ ਆ ਆਪਾਂ ਨੂੰ, U0T ਇੱਕ, UXT ਬਾਉਂਡਡ। ਬਾਉਂਡਡ ਦਾ ਮਤਲਬ ਕੀ ਹੁੰਦਾ ਉਹ ਅੱਗੇ ਦੱਸਿਆ ਹੋਇਆ, ਚਲੋ ਕਿ ਬਾਉਂਡਡ ਦਾ ਮਤਲਬ ਹੁੰਦਾ ਹੁੰਦਾ ਹੈਗਾ ਕਿ ਇਹ ਇਨਫਿਨਿਟੀ ਨਹੀਂ ਹੋਊਗਾ ਜੇ ਆਪਾਂ X ਨੂੰ ਇਨਫਿਨਿਟੀ ਭਰਾਂਗੇ। ਜੇ UXT ਬਾਉਂਡਡ ਆ, ਜੇ ਦੋਨੋਂ ਪਾਸੇ ਲੈਪਲੇਸ ਲਵਾਂਗੇ ਆਪਾਂ, ਲੈਪਲੇਸ ਲੈ ਕੇ ਵੀ ਜਿਹੜਾ ਆਪਣੇ ਕੋਲ U¯ ਹੈ ਤਾਂ 0 ਆ ਗਿਆ, ਜਿਹੜਾ ਇਹ UXT ਆ, ਜੇ ਇਹ ਬਾਉਂਡਡ ਆ ਉਹਦਾ ਲੈਪਲੇਸ ਹੀ ਪੱਕਾ ਬਾਉਂਡਡ ਹੋਊਗਾ। ਅਤੇ ਬਾਉਂਡਡ ਦਾ ਮਤਲਬ ਹੁੰਦਾ ਹੁੰਦਾ ਹੈ ਕਿ ਇਹ ਇਨਫਿਨਿਟੀ ਨੂੰ ਅਪਰੋਚ ਨਹੀਂ ਕਰੇਗਾ ਜਦੋਂ X ਇਨਫਿਨਿਟੀ ਭਰੀ ਆਪਾਂ, ਕੋਈ ਫਾਈਨਾਈਟ ਵੈਲਿਊ ਹੋ ਗਈ, ਇਨਫਿਨਿਟੀ ਨਹੀਂ ਆ ਸਕਦਾ। ਜਿਵੇਂ U¯ S ਜਿਹੜਾ ਇਨਫਿਨਿਟੀ ਨਹੀਂ ਟੈਂਡ ਕਰੂਗਾ ਐਜ X ਟੈਂਡਸ ਟੂ ਇਨਫਿਨਿਟੀ, ਇਹ ਨਹੀਂ ਹੋਣਾ ਚਾਹੀਦਾ, ਇਹ ਗੱਲ ਧਿਆਨ ਰੱਖਣੀ ਹੈ ਆਪਾਂ ਨੇ। ਚਲੋ ਇਸ ਇਹ ਵੀ ਆਪਾਂ ਨੂੰ ਫਾਰਮੂਲਾ ਪਤਾ ਕਿ ਈ ਦੀ ਪਾਵਰ ਇਨਫਿਨਿਟੀ ਇਨਫਿਨਿਟੀ ਹੁੰਦਾ, ਈ ਦੀ ਪਾਵਰ ਮਾਈਨਸ ਇਨਫਿਨਿਟੀ 0 ਹੁੰਦਾ। ਹੁਣ ਦੇਖੋ U¯ X ਇਹ ਆਪਣੇ ਕੋਲ, ਅਤੇ UX ਬਾਉਂਡਡ। ਜੇ ਮੰਨ ਲਈਏ ਆਪਾਂ ਕਿ ਜਿਹੜਾ C1 ਆ ਉਹ 0 ਨਾ ਹੋਵੇ, ਤਾਂ ਜੇ ਆਪਾਂ X ਨੂੰ ਇਨਫਿਨਿਟੀ ਪੁੱਟ ਕਰਾਂਗੇ ਤਾਂ ਇਹ ਈ ਦੀ ਪਾਵਰ ਇਨਫਿਨਿਟੀ ਬਣ ਜਾਏਗਾ ਨਾਲ, ਅਤੇ ਈ ਦੀ ਪਾਵਰ ਇਨਫਿਨਿਟੀ ਜਿਹੜਾ ਹੈਗਾ ਇਨਫਿਨਿਟੀ ਹੁੰਦਾ। ਜੇ ਇਹ ਇਨਫਿਨਿਟੀ ਹੋ ਗਿਆ, ਜੋ ਮਰਜ਼ੀ ਪਲੱਸ ਮਾਈਨਸ ਕਰ ਲਈਏ ਤਾਂ ਆਂਸਰ ਇਨਫਿਨਿਟੀ ਬਣ ਜਾਏਗਾ। ਪਰ ਇਹ ਹੋਣਾ ਨਹੀਂ ਚਾਹੀਦਾ, ਕਿਉਂ ਨਹੀਂ ਹੋਣਾ ਚਾਹੀਦਾ, ਬਿਕੋਜ਼ ਇਹ ਬਾਉਂਡਡ ਹੈਗਾ, ਇਸ ਕਰਕੇ C1 ਜਿਹੜਾ ਹੈਗਾ ਆਪਣੇ ਕੋਲ ਇਹ ਪੱਕਾ 0 ਹੋਣਾ ਚਾਹੀਦਾ। ਇੱਦਾਂ ਫਿਰ ਆਪਾਂ ਇੱਕ ਕਾਂਸਟੈਂਟ ਵੈਲਿਊ ਕੱਢਣੀ ਆ ਇਹ ਬਾਉਂਡਡ ਵਾਲਾ ਕਨਸੈਪਟ ਯੂਜ਼ ਕਰਕੇ। ਜੇ C1 0 ਹੋ ਗਿਆ ਫਿਰ ਇਹ 'ਚ ਭਰਤਾ ਆਪਾਂ, ਦੂਜੀ ਕੰਡੀਸ਼ਨ ਤਾਂ ਆਪਾਂ ਨੂੰ ਗਿਵਨ ਹੀ ਹੈਗੀ ਆ, ਆਹ ਬਣਾਈ ਹੋਈ ਆ ਆਪਾਂ ਨੇ, ਦੂਜੀ ਕੰਡੀਸ਼ਨ ਗਿਵਨ ਆ ਆਪਣੇ ਕੋਲ। ਇਹਦੇ ਵਿੱਚੋਂ ਆਪਾਂ C2 ਕੱਢ ਲਿਆ, C2 ਵੀ 0 ਆ ਗਿਆ, U¯ ਆ ਗਿਆ, ਇੱਥੋਂ ਇਨਵਰਸ ਲੈਪਲੇਸ ਟ੍ਰਾਂਸਫੋਰਮ ਲੈ ਕੇ ਆਪਣਾ ਆਂਸਰ ਆ ਗਿਆ। ਅਤੇ ਇਹ ਕਨਸੈਪਟ ਥੋੜ੍ਹਾ ਧਿਆਨ ਰੱਖਣਾ ਹੈਗਾ, ਅਤੇ ਇਸ ਦੇ ਤੁਹਾਨੂੰ ਪਹਿਲੇ 9 ਕੁਐਸਚਨ ਕਰਨ ਵਾਸਤੇ ਕਹੇ ਹੈਗੇ ਨੇ, ਅਤੇ ਕੋਈ ਪ੍ਰੋਬਲਮ ਹੁੰਦੀ ਹੈਗੀ ਆ ਤਾਂ ਮੈਨੂੰ ਵਟਸਐਪ ਗਰੁੱਪ 'ਤੇ ਸ਼ੇਅਰ ਕਰ ਲਿਓ, ਅਤੇ ਆਪਣਾ ਅਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ, ਅਤੇ ਘਰ ਬੈਠ ਕੇ ਹੀ ਕੰਮ ਕਰੀ ਜਾਓ, ਅਤੇ ਪ੍ਰੋਬਲਮ ਨਾ ਨਾ ਪੁੱਛੀ ਜਾਓ। ਥੈਂਕ ਯੂ।